ਦੋ ਸਕਿੰਟ ਹੀ ਰਹੇ ਸਨ, ਦੋ ਸਕਿੰਟ। ਬਿੰਦੀ ਸਰਾਏ ਹੱਸੀ ਜਾਂਦਾ ਇਧਰ ਸਾਡੇ ਜੱਸਾ ਭੋਗਲ ਦੀ ਪਹਿਲਾਂ ਦੁਨੀਆਂ ਦੇ ਵਿੱਚ ਹੋਣ ਗਿਆ, ਇੱਧਰ ਕਹਿੰਦੇ ਚੱਕੇ ਜਾਮ ਤੁਲਿਆ ਭਗਵੇ ਹਾਇਓ ਮੇਰਿਆ ਰੱਬਾ, ਅੱਖਾਂ ਤੱਤੀਆਂ ਕਰਨ ਦਾ ਮਾਰਾ ਤੇ ਭੰਨ ਕੇ ਟਰੱਕ ਬਹਿ ਗਿਆ। ਵਾਹਿਗੁਰੂ ਹੈ ਗੱਲਾਂ ਹੋਰ ਤੋਂ ਹੋਰ। ਗੱਡੀਆਂ ਨੌਨ ਸਟੋਪ ਜਿਹਨੇ ਕਮਾਲ ਕੀਤੀ ਹੈ। ਇਧਰ ਮਾਈ ਵਾਲੇ ਕਹਿੰਦੇ ਕੌਣ ਹੈ, ਇਹ ਹੈ ਗੱਭਰੂ ਦੁੱਲਾ, ਬੱਗਿਆਂ ਦੀ ਧਰਤੀ ਦਾ ਕਬੱਡੀ ਪਾਰਿਆਂ ਦੇ ਜਾਫੀ ਕੋਟਲੀ ਗਾਜਰਾਂ ਵਾਲਾ ਯਾਦ ਸਾਹਮਣੇ ਚਰਚੇ ਜੋਰਾਂ ਤੇ ਹੋ ਗਏ ਹੈ। ਉਧਰ ਸਾਹਮਣੇ ਇੱਕ ਬਾਬਾ ਜੀ ਬੈਠੇ ਆ, ਡਾਲ ਦੇ ਮੁੰਡੇ ਨੂੰ ਪਹਿਲਾਂ ਕੂੜੀ ਮਾਰੀ, ਫਿਰ ਦੂਜੇ ਨੂੰ ਕੂੜੀ ਮਾਰੀ, ਫੇਰ ਤਾੜੀ ਮਾਰੀ, ਆਖਿਆ ਹੋਣਾ ਵੀ ਦੁੱਲਾ ਫੜਿਆ ਗਿਆ। ਨਹੀਂ ਉਹ ਰੀਸਾ ਹੈ, ਦੁਨੀਆ ਬੜਾ ਪਿਆਰ ਕਰਦੀ ਹੈ। ਤੁਹਾਡੇ ਸ਼ਿਕਵੇ ਨੇ ਕੋਈ ਗੱਲ ਨੀ, ਕੁਝ ਨਾ ਕੁਝ ਹੋਵੇਗਾ ਜ਼ਰੂਰ, ਗੱਲਾਂ ਹੋਣਗੀਆਂ। ਰੈਫਰੀ ਫੈਸਲਾ ਕਰਨਗੇ ਜੋ ਵੀ ਆਏ, ਕਿਰਪਾ ਕਰਕੇ ਜਲਦੀ ਜੋ ਵੀ ਫੈਸਲਾ ਦੇਣਾ ਆਪਾਂ ਦੇਈਏ। ਬ੍ਰੈਂਪਟਨ ਦੀ ਟੀਮ ਨੂੰ ਬੇਨਤੀ ਹੈ ਵੀ ਕੌਣ ਦਾਸ ਦੀ ਟੀਮ ਸੁੱਖਿਆ ਆ ਗਈ ਹੈ, ਕਿੱਥੇ ਹੈ ਗੁਰਮੁਖ ਸਿੰਘ ਹੈ, ਸੁਰਜੀਤ ਸਿੰਘ ਲਈ ਹੈ, ਟੀਮ ਨੂੰ ਵੀ ਖੜਕਾ ਲੜਕਾ ਹੋਣਾ ਹੈ। ਮੈਂ ਬੇਨਤੀ ਕਰਦਾ ਕਿਰਪਾ ਕਰਕੇ ਦੋਨੇ ਟੀਮਾਂ ਜਿਹੜੀਆਂ ਆਪਣੀ ਤਿਆਰੀ ਕਰ ਲੈਣ, ਅਗਲਾ ਮੈਚ ਬਹੁਤ ਜਲਦ ਖੇਡਿਆ ਜਾਵੇਗਾ। ਰੈਫਰੀ ਫੈਸਲਾ ਕਰਨਗੇ ਵੀ ਜੋ ਵੀ ਹੈ। ਕਿਉਂਕਿ ਕਈ ਸੋਚਦੇ ਆ ਵੀ ਚੱਕਰ ਕੀ ਪੈ ਗਿਆ ਹੈ ਜੀ। ਉਧਰ ਚਾਹ ਦਾ ਲੰਗਰ ਜਿਹੜਾ ਬਾਹਰ ਲੱਗਿਆ, ਜਿਹੜੇ ਵੀਰ ਨੂੰ ਲੋੜ ਹੈ ਜਾਂ ਕਿ ਛੱਕ ਸਕਦੇ ਹੋ, ਕਿਉਂਕਿ ਅੱਜ ਚਾਹ ਦੀ ਲੋੜ ਵੀ ਸੀ ਤੇ ਲੰਗਰ ਵੀ ਲੱਗਿਆ, ਪ੍ਰਮਾਤਮਾ ਦੀ ਕਿਰਪਾ ਹੈ। ਕਿਉਂਕਿ ਸੋਚਦੇ ਵੀ ਕੀ ਹੋ ਰਿਹਾ, ਥੋੜੀ ਜਿਹੜੀ ਪੱਟੀ ਹੈ ਨਾ ਬਾਂਹ ਹੱਥ ਦੇ ਉੱਪਰ ਲਪੇਟੀ, ਉਹਦਾ ਚੱਕਰ ਹੈ। ਰੈਫਰੀ ਕਲੀਅਰ ਕਰਨਗੇ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਦਾ ਬਹੁਤ ਵੱਡਾ ਧੰਨਵਾਦ ਹੈ। ਉਧਰ ਕਹਿੰਦੇ ਚੋਲਾ ਸਾਹਿਬ ਦਾ ਅਰਸ਼ ਇੰਡੀਆ ਦੇ ਵਿੱਚ ਮੈਚ ਜੁੜਕੇ ਤੇ ਦੁਆਬਾ ਵਾਰੀਅਰ ਦੀ ਟੀਮ ਵੱਲੋਂ ਜਿਹੜਾ ਖੇਡੇਗਾ ਸੁੱਖਾ ਸਾਡਾ ਵੀਰ ਜਾਣਕਾਰ ਚ ਵਾਧਾ ਕਰ ਰਿਹਾ ਹੈ। ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਚਾਰਾਂ ਖਿਡਾਰੀਆਂ ਨੂੰ, ਕਿੱਡੀ ਮਾਣ ਦੀ ਗੱਲ ਹੈ। ਬੁਲਟ ਮੋਟਰਸਾਈਕਲ ਵੀ ਦਿੱਤੇ ਜਾਣਗੇ, ਕਿੱਡੀ ਮਾਣ ਦੀ ਗੱਲ। ਸੁਰਜਨ ਸਿੰਘ ਜੀ ਹੋਰ ਕਿਵੇਂ ਫਰੇਸ਼ਨ ਜਿਹੜੀ ਉਹ ਭਾਰੀ ਹੋ ਜਾਣੀ ਹੈ, ਗੱਲਾਂ ਹੋਣਗੀਆਂ ਮੇਰਾ ਪ੍ਰਮਾਤਮਾ ਦੀ। ਧਨੌਨੇ ਵਾਲਾ ਕਾਲਾ ਵੀ ਮੈਨੂੰ ਲੱਗਦਾ ਵੀ ਗੱਲਾਂ ਹੋਣਗੀਆਂ।